ਜਿਹੜਾ ਅੱਜ ਲੋਹਾ ਬਣਵਾਊਗਾ ਭਾਗਾ ਵਾਲਾ ਹੋਵੇ ਖਿਡਾਰੀ ਭਲੌਰ ਵਾਲਿਆ ਹੋਵੇ ਅੱਜ ਦੇ ਜੋ ਕੱਪ ਦਾ ਵੈਸਟ ਕਹਾਊਗਾ ਅੱਜ ਕਹਿੰਦੇ ਕੱਪ ਤੇ ਜਾ ਕੇ ਗੱਲ ਮੁੱਕਣੀ ਹੈ ਵੱਡੇ ਪ੍ਰਬੰਧ ਕੀਤੇ ਆ ਸਮੁੱਚੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਪਾਵੀ ਰਾਮੂ ਵਾਲੇ ਵਾਲਿਆ ਪਹਿਲੀ ਕਬੱਡੀ ਟੇਕ ਧਰਤੀ ਮਾਂ ਨੂੰ ਮੱਥਾ ਕਰ ਡਾਢੇ ਰੱਬ ਨੂੰ ਯਾਦ ਨੂੰ ਰੱਖੀਏ ਵੀ ਪੱਚੀ ਕੇ ਕਦਮ ਵਿਰੋਧੀਆਂ ਦੇ ਵਿਹੜੇ ਵੱਲ ਪੁੱਟੇ ਤੇ ਹਰ ਕਦੇ ਝੁਕਿਆ ਹੈਲੋ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਗੁਰਦੀਪ ਸਿੰਘ ਜਹੇਰ ਉਹਨਾਂ ਨੂੰ ਸਰਪੰਚ ਸਾਹਿਬ ਤੇ ਬਾਕੀ ਪੰਚਾਇਤ ਮੈਂਬਰਾਂ ਨੂੰ ਬੇਨਤੀ ਹੈ ਵੀ ਉਹਨਾਂ ਨੂੰ ਉਹਨਾਂ ਦਾ ਸਨਮਾਨ ਚਿੰਨ ਦੇਣ ਉਹਨਾਂ ਨੇ ਆਪਣੀ ਕਮਾਈ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਉਹ ਟੂਰਨਾਮੈਂਟ ਕਮੇਟੀ ਨੂੰ ਦਿੱਤਾ ਇਸ ਟੂਰਨਾਮੈਂਟ ਦੇ ਲਈ ਦਿੱਤਾ ਗੁਰਦੀਪ ਸਿੰਘ ਜਹੇਰ ਉਧਰ ਸਰਦਾਰ ਗੁਰਮੀਤ ਸਿੰਘ ਜੀ ਹੋਰ ਉਹਨਾਂ ਦਾ ਜਿਹੜਾ ਮਾਨ ਸਨਮਾਨ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਹੈ ਸਾਰੀ ਬਾਨੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿੰਨੇ ਵੀ ਖਜ਼ਾਨਿਆਂ ਦੇ ਵਿੱਚ ਮਾਇਆ ਆਈ ਹੈ ਗੁਰੂ ਮਹਾਰਾਜ ਖਜ਼ਾਨੇ ਭਰਪੂਰ ਰੱਖੇ ਪਾਵੀ ਨੌਜਵਾਨਾਂ ਅਗਲੀ ਕਬੱਡੀ ਬਾਅਦ ਸੁਖਜੀਤ ਸਿੰਘ ਜੀ ਸੀਤਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਕਬੱਡੀ ਪ੍ਰਮੋਟਰ ਦੇ ਤੌਰ ਤੇ ਪੂਰੇ ਵਿਸ਼ਵ ਵਿੱਚ ਜਾਣਿਆ ਜਾਂਦਾ ਉਹਨਾਂ ਦੇ ਫਾਦਰ ਸਾਹਿਬ ਮਾਸਟਰ ਬਚਿੱਤਰ ਸਿੰਘ ਜੀ ਸਾਡੇ ਦਰਮਿਆਨ ਪਹੁੰਚੇ ਅਸੀਂ ਧੰਨਵਾਦ ਵੀ ਉਹਨਾਂ ਦਾ ਕਰਦੇ ਹਾਂ ਤੇ ਉਹਨਾਂ ਦਾ ਸਨਮਾਨ ਚਿੰਨ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਨਾਲ ਹੀ ਗੁਰਮੀਤ ਸਿੰਘ ਖਹਿਰਾ ਕੀਤਾ ਉਹਨਾਂ ਦਾ ਸਨਮਾਨ ਵੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਚਾਹ ਵਾਲੇ ਵੀਰ ਨੂੰ ਬੇਨਤੀ ਆ ਗਰਾਊਂਡ ਦੇ ਵਿੱਚ ਚਾਹ ਪਹੁੰਚ ਵੀ ਕਰ ਦੇ ਨਾਲ ਹੀ ਬਲਵਿੰਦਰ ਸਿੰਘ ਜੀ ਜਿਹੜੇ ਪੰਚਾਇਤ ਮੈਂਬਰ ਵੀ ਆ ਹੈਲੋ ਬਾਈ ਸ਼ਿੰਦਰਪਾਲ ਜੀ ਸਟੇਜ ਤੇ ਆਇਓ ਤੁਹਾਡਾ ਸਨਮਾਨ ਵੀ ਤੁਹਾਨੂੰ ਦੇਣਾ ਨਾਲ ਹੀ ਮਾਸਟਰ ਦਰਸ਼ਨ ਸਿੰਘ ਜੀ ਸਾਬਕਾ ਸਰਪੰਚ ਪਿੰਡ ਤਖਾਣਵਾਦ ਉਹਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਨਾਲ ਹੀ ਬੇਨਤੀ ਕਰਦੇ ਹਾਂ ਸੂਬੇਦਾਰ ਦਰਬਾਰਾ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਸਟੇਜ ਤੇ ਆਉਣ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਨਾਲ ਹੀ ਬੇਨਤੀ ਹੈ ਸਿਮਰਨਜੀਤ ਨੂੰ ਵੀ ਉਹ ਵੀ ਸਟੇਜ ਤੇ ਆਉਣ ਤੇ ਆਪਣਾ ਸਨਮਾਨ ਚੰਨ ਲੈਣ ਅਗਲਾ ਮੈਚ ਦੱਲਾ ਤੇ ਬਾਬਾ ਖੁਸ਼ਹਾਲ ਕਲਾਂ ਵਿੱਚ ਰੱਖ ਦੀਆਂ ਟੀਮਾਂ ਤਿਆਰ ਹੋ ਜਾਣ ਸਿਮਰਨਜੀਤ ਸਿਮਰਨਜੀਤ ਹਾਂਜੀ ਹੁਣ ਸਨਮਾਨ ਚਿੰਨ ਦੇ ਕੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਕਮੇਟੀ ਵੱਲੋਂ ਕੈਪਟਨ ਦਰਬਾਰਾ ਸਿੰਘ ਜੀ ਉਹਨਾਂ ਨੂੰ
सिमरनजीत सिंह जलालाबाद की टीम जेतू है जी चल रहे मैच के डल्ला दे बाबा खुशहाल क्लब चलत अमृतपाल गगनदीप वह भी अपना सम्मान चा लैण गगनदीप ਡੱਲਾ ਤੇ ਬਾਬਾ ਖੁਸ਼ਹਾਲ ਕਲੱਬ ਚੜਕ ਦਾ ਮੈਚ ਹੈ ਜੀ ਰਾਜਕੋਟ ਤੇ ਤਲਵੰਡੀ ਭੰਗੇਰੀਆਂ ਅਗਲੇ ਮੈਚ ਲਈ ਇਹ ਵੀ ਦੋਨੋਂ ਟੀਮਾਂ ਤਿਆਰ ਹੋ ਗਈਆਂ ਬੂਟਾ ਸਿੰਘ ਉਹ ਵੀ ਆਪਣਾ ਸਨਮਾਨ ਚੰਨ ਲੈ ਲੈਣ ਬੂਟਾ ਸਿੰਘ ਬੂਟਾ ਖਹਿਰਾ ਆ ਜਾ ਆ ਜਾ ਭਾਈ हरप्रीत गरेवाल उन्होंने फादर साहब बूटा सिंह जी जो आवाज सुन दिया तो कृपा करके स्टेज पे आओ नीटा शर्मा जे कोई उन्होंने परिवार चो इत्थे कोई मैंबर मौजूद है तो उन्होंने बेनती है भी कृपा करके स्टेज पे आओ अमनदीप सिंह जी उन्होंने परिवार चो कनेडा वाले गुरजीत सिंह ढिल्लों एडमिंटन तो नवे पिंड तो जी कोई उन्होंने परिवार चो उन्हों का सम्मान चिन्ह गुरमीत सिंह खहरा वो लैणगे जसकरन सिंह ढिल्लों जिन्हों वालों पहला नाम दिता जाना जी कोई उन्होंने परिवार चो इत्थे मौजूद है तो कृपा करके उन्होंने बेनती है भी स्टेज पर आउण ते अपना बनता सन्मान कमेटी वालों जो तुम दिता गया हरप्रीत सिंह का जो सम्मान चिन्ह है स्वर्ण सिंह जी लैन गए जेडे पम्मा वैनकूवर तो उन्होंने सम्मान चिन्ह सोनी लैन गए रायकोट तलवंडी भंगेरिया अगले मैच दिया दोनों टीमों फिर तैयार हो जाना रायकोट से तलवंडी भंगेरिया
रायपुर ते तलवंडी पंगेरिया अगले मैच दिया दोनों टीम अपनी तैयारी रखना रायपुर ते तलवंडी पंगेरिया डॉक्टर गुरबचन सिंह हेर जे कोई उन्होंने परिवार को इतने मौजूद है तो उन्होंने बेनती है भी उन्होंने सन्मान चिन्ह कमेटी तो आके हासिल कर लें। डॉक्टर गुरबचन सिंह हेर जी का सन्मान चिन्ह जिहड़ा गुरविंदर उन्होंने दिता जा रहा रायपुर के तलवंडी पंगेरिया अगले मैच लई दोनों टीमां बैटिंग टॉस ते जा जाण दलीप सिंह उन्हां दे परिवार चों सुद्धे के उन्हां दे परिवार चों जे कोई इत्थे मौजूद है तां उन्हां नूं बेनती है भी अपना सन्मान चिन्ह लै लैण। अमरजीत सिंह मनीला वाले ते अमरजीत सिंह वड़ैच जे कोई उन्हां दे परिवार तों इत्थे है तां रायपुर ते तलवंडी पंगेरिया दी टीम आ जाओ जी सेंटर लाइन ते रायपुर ते तलवंडी पंगेरिया आ जाओ जी दोनों टीम सेंटर लाइन ते प्रीतम नगर मसीता ते दूर तक ए भी टीम अपनी तैयारी रखना जिला वाले उन्हां दा जिहड़ा सन्मान चिन्ह है ओह बलवीर सिंह जी प्रधान जिहड़े ओह लैणगे। रायपुर ते तलवंडी पंगेरिया दोनों टीम ग्राउंड ते आ जाओ जी रायपुर ते तलवंडी पंगेरिया नाली प्रीतम नगर मसीता दे दूर तक रायकोट की टीम ग्राउंड दे विच क्यों नहीं पुज रही टीम रायकोट की टीम वीर आपां पहला भी दस्या भी थोड़ा जिहा सिस्टम ना कबड्डी का यह विगड़िया होया सिस्टम आ ते आपां इह ठीक करना एक मिनट घड़ी ते नोट कर लो रायकोट वाले फिर ना कहो अमरजीत सिंह बड़ैच दे कोई उन्हां दे परिवार जो उत्थे मौजूद आ तां कृपा करके वो अपना सन्मान चिन्ह लै लैण। एक मिनट दिता ते एक मिनट बाद ठीक टीम स्क्रैच करांगे रायकोट ते भी टीम दस दे दूजी कीड़ी है तलवंडी पंगेरिया एक मिनट दे बाद इह दोवें टीमां स्क्रैच कीतियां जाणियां असीं ग्राउंड खाली नहीं छड्डना कोई भी रायकोट वाले बची जल्दी आ जाओ ग्राउंड दे विच प्रीतम नगर मसीता ते दूर तक ए भी टीमां अपनी तैयारी रखण प्रीतम नगर मसीता ते दूर तक रायपुर ते तलवंडी पंगेरिया आ जाण दोनों टीमां ग्राउंड ते रायपुर ते तलवंडी पंगेरिया प्रीतम नगर मसीता ते दूर तक ए भी टीमां अपने आप नूं तैयार रखण बाबा नारायणदास क्लब मीनिया दे मटवाणी रायकोटा जी रायकोट की टीम आ गई तलवंडी पंगेरिया की टीम पहुंचे जी तलवंडी पंगेरिया की टीम जल्दी तो जल्दी ग्राउंड च आवे प्रीतम नगर मसीता ते दूर तक ये भी दोनों टीम बैटिंग बॉक्स के विच आ जाण। जसकरन सिंह जी कनेडा वाले उन्हां दा सम्मान चिन्ह भी हो गया दोस्तों अमरजीत सिंह बड़ैच अमरजीत सिंह बड़ैच अमृतपाल सिंह खैरा रायकोट करमा फौजी पंगेरिया दर्शन मास्टर तलवंडी की टीम किथे है जेकर आ गई तां हाथ खड़ा करे नीटा शर्मा के परिवार चों सुखदेव सिंह पम्मा ढिल्लों नवा पिंड
जगदेव सिंह ढिल्लों दलीप सिंह मंदर मैस्त्री सत्ता कुकरी हेर सोनी हरविंदर ढिल्लों अवतार सिंह राज मास्टर जी मुकंद सिंह हेर सुखा बस यही रह गए ना चुके हैं उधर आज दे सहयोग जिन्ना वीरा ने दिते ने समुची स्पोर्ट्स क्लब उन्हें मान सम्मान भी कर रही है ते वीर सिर्फ एक मिनट लेना आप टीम अनाउंस कर दिए क्योंकि ग्राउंड ना खाली हो जावे प्रीतम नगर मसीता वर्सी चूड़ चक ये टीम पुजन गए अगले मैच लई प्रीतम नगर मसीता वर्सी चूड़ चक बाबा नारायण दास क्लब मीनिया वर्सी मटवाणी ये भी टीम आ जाने जोगा रंदा वर्सी रौंता अपनी तैयारी रखी कबड्डी दो नंबर के जाथी का मुकाबला है लै भी लातो वाला टीम जिहड़ियां लांस करदे भी टीम केड़ी साइड है दर्शक भी जो स्टेज के सजे हथ टीम है वह रायकोट की टीम है ते दूजे पास स्टेज के खबे हथ मीम तलवंडी पंगेरिया की बढ़िया हुआ धावी कबड्डी पाउण दे लई आ मुंडे का प्रगट नाम है दर्शक भी पड़ैण पिंड है जेडे पिंड के हरदीप की कबड्डी है इंद्रजीत की कबड्डी है इधर प्रगट पड़ैण वाला कढ़न लग्या होया इत्थे पा ते ग्राउंड के बहुत तकड़ा जफा ला गया लै भी टूसिया वाले पाखिर कबड्डी इधर देखो भी दर्शक भी इस मुंडे का सोहना सनखा मुंडा गोरा रशोरा रंग है ते बची नाम है ते टूसा पिंड है इस मुंडे का करदा होया सच्चे पातशाह नूं याद लुधियाने जिले वाले ने कबड्डी पाई है ते रायकोट पिंड हरविंदर दा पिंड है ते हैप्पी रायकोट ने अपनी कलम दे नाल दुनिया भर दे विच रायकोट दा नाम मशहूर कर दिता है ते इधर बची दी कबड्डी है ते ग्राउंड दे विच बस सोहना अंक रायकोट दी टीम दे लई जुड़ गया लै भी पंगेरिया वाले पासी कबड्डी कि जेड़ी कौम इतिहास नूं भुल जावे नहीं जग ते उहदा निशान रहिंदा पिता पुरखां नूं जो भुल जावे नहीं गैरतमंद इंसान रहिंदा बाणी पढ़न दा उस नूं की फायदा एकागर जसदा नहीं ध्यान रहिंदा सिख सिख के सिखिया नहीं जांदा बंदा सारी उम्र अनजाण रहिंदा लंघे आणियां योधिया याद रखियो पौंडा डालरां संगे न डुल्लियो ना भावें वस्यो विच परदेस जाके मां बोली ते विरसा भुल्लियो ना भी मां बोली ते विरसा भुल्लियो ना जिन्ने भी प्रवासी वीर ने ते बहुत वड्डा सहयोग अज दे खेड मेले दे उत्ते प्रवासी वीरां दा उहनां दे लई वी आपां कह लिए भी एक माण जिहा हुंदा प्रवासी वीरां दे समुचे पिंड नूं समुचियां स्पोर्ट्स क्लबां नूं क्योंकि एनआरआई वीर वध चढ़ के सहयोग दिंदे ने खेड मेलियां दे उत्ते ते इधर कबड्डी है ते चार जाफी ने आ मुंडा कहिंदे गरेवालां दा पुत्त है ते मनप्रीत सिंह पूरा नाम है ते खेड जगत दे विच माणे दे तौर ते जाणिया जांदा ए मुंडा रायकोट दा जाफी मनप्रीत ट्राई करदा पर पॉइंट जो धावी दे है क्योंकि सट लगी हुई है मुंडे दे सट्टां फेटां दी कबड्डी दे विच ते सच्चे पातशाह मेहर करे कि आवे कोई बली पैगंबर आवे कोई बली पैगंबर जो रोके लगदियां सट्टां नूं गड़गड़ चौड़ियां छातियां हो जाण नजर लगे ना मोटियां पट्टां नूं भी गड़गड़ चौड़ियां छातियां हो जाण नजर लगे ना मोटियां पट्टां नूं इधर देखते हैं भी ये भी मुंडा चढ़दी जी वरेज दा तावी है ते सच्चे पातशाह दी मेहर है ये भी मुंडा मस्तां दा बहुत वड्डा मरीद है ते बदवालिया शेरू भी पुज्जा अज खेड मेले ते लुधियाने जिले दा तौबा रेडर है ते ये मुंडा उसदा पक्का यार कह लिए ते ग्राउंड दे विच इधर गग्गू रायकोटिया खेड दे मैदान दे विच करदा ट्राई ते बहुत सोहना अंक अपनी टीम दे हिस्से विच जुड़ गया लै भी तख्तपुरिया अगलियां टीमां जरूर अनाउंस करदी वीर जिन्हां दा मैच खेडिया जाणा प्रीतम नगर मसीता ते चूर चक दीआं टीमां बैटिंग बॉक्स दे विच आ जाणा प्रीतम नगर मसीता ते चूर चक ते सामने अगली कबड्डी मैच समाप्त जी ए चलदे मैच दे विचों जेडे भी जेतू टीमां नोट करदे ने भी रायकोट दी टीम जेतू लिख लिओ रायकोट दी टीम है चलदे मैच दे विचों विनर टीम रही है अगलियां
टीमा प्रीतम नगर मसीता वर्सीज चूर तक ये टीमा ग्राउंड दे विच एंटर कर जाना चूर तक वर्सीज प्रीतम नगर मसीता चूर तक दी आ गई है टीम ते जेकर प्रीतम नगर मसीता दी टीम भी पहुंच गई है तो हाथ खड़ा करे प्रीतम नगर मसीता मीनिया वर्सीज मटवानी ये भी टीम आ जाना संत बाबा नारायण सिंह क्लब मीनिया ते मटवानी दी टीम पहुंच जाना चूर चक दी टीम आ गई है ते प्रीतम नगर मसीता दी टीम हाथ खड़ा कर देवे आपा कितनी देर तो अनाउंस कर रहे हैं ये टीमा वाले पता नहीं ता की चाहुंदे ने कबड्डी दे खिलाड़ी एक ता पूरी दुनिया दे विच लाइव चलदा जद ग्राउंड खाली हो जांदी है ना ते क्लबां वाले भी कहंदे ने ते जेड़े दर्शक वीर कबड्डी 365.com दे नाल जुड़े होए ने ओह भी सोचदे होणे आ वी इन्हां दोनों कमेंटरां दा कोई सिस्टम नहीं हैगा ग्राउंड दे विच क्योंकि असीं टीमा अनाउंस कर सकदे आ वार वार अनाउंस कर रहे हैं भी टीमा समय सिर पुज्जण समय सिर पुज्जण पर भी ये चाहते ने भी सानू बार बार अनाउंस करो सानू बार बार एदा सद के लियाओ मैं तो कहना भी थोड़े समय दे विच एदा दा सिस्टम हो जाना है कबड्डी दे खिलाड़ियों नू क्लबां वाले गड्डियां चो कढ़न जाया करनगे भी आ जाओ थोड़ा मैच है वीर ये पता नहीं क्यों कबड्डी दे खिलाड़ी एदा चाहते ने भी सानू बार बार एदा ही बोलिया जाए असीं सत्कार करदे आ सारे कबड्डी दे खिलाड़ियों दा पर कबड्डी दे खिलाड़ियों दा कोई सिस्टम नहीं रहा ये सिस्टम बिगड़ चुके आ सच्चे पातशाह मेरे करे जेकर बचाउणी चाहुंदे हो कबड्डी वाले हो कबड्डी नूं तां वीर सिस्टम संभाल लो अपना समा संभाल लो कईआं दा रुजगार चलदा वा खेड कबड्डी दे जरिए ते कई दर्शक वीरां दे दिल टुटदे ने जद कबड्डी थल्ले वाले हेठले पद्धर ते जा रही है ये सच्चे पातशाह मेरे करे मां खेड कबड्डी दे उत्ते ਕਿੰਨਿਆਂ ਦਾ ਰੁਜ਼ਗਾਰ ਚੱਲਦਾ ਇਸ ਕਬੱਡੀ ਦੇ ਜ਼ਰੀਏ ਜੇਕਰ ਬਚਾ ਸਕਦੇ ਆ ਤਾਂ ਬਚਾ ਲਓ ਵੀਰੋ ਤੁਹਾਡੇ ਸਿਰ ਦੇ ਉੱਤੇ ਖੜੀ ਹੈ ਕਬੱਡੀ ਕਿਉਂਕਿ ਕਬੱਡੀ ਨੇ ਇੰਨਾ ਕੁ ਕੁਝ ਦਿੱਤਾ ਹੈ ਪੰਜਾਬੀਆਂ ਨੂੰ ਇੰਨਾ ਕੁ ਕੁਝ ਦਿੱਤਾ ਹੈ ਕਬੱਡੀ ਦੇ ਖਿਡਾਰੀਆਂ ਨੂੰ ਰੈਫਰੀਆਂ ਨੂੰ ਕਮੈਂਟਰਾਂ ਨੂੰ ਵੀ ਇਹਨਾਂ ਦਾ ਵੀ ਆਪਾਂ ਮਾਂ ਖੇਡ ਕਬੱਡੀ ਦਾ ਦੇਣ ਨਹੀਂ ਦੇ ਸਕਦੇ ਇੱਕੋ ਇੱਕ ਖੇਡ ਹੋਈ ਹੈ ਜਿਸ ਨੂੰ ਮਾਂ ਖੇਡ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਉਹ ਮਾਂ ਖੇਡ ਕਬੱਡੀ ਹੈ ਜੇਕਰ ਬਚਾ ਸਕਦੇ ਹੋ ਤਾਂ ਵੀਰ ਬਚਾ ਲਓ ਪ੍ਰੀਤਮ ਨਗਰ ਮਸੀਤਾ ਤੇ ਤੂਰ ਤੱਕ ਦਾ ਮੈਚ ਜਿਹੜਾ ਸ਼ੁਰੂ ਹੋਣ ਲੱਗਾ ਤੂਰ ਤੱਕ ਦੀ ਟੀਮ ਹੱਥ ਚੁੱਕੇ ਜੀ ਕਿਹੜੀ ਸਾਈਡ ਆ ਤੂਰ ਤੱਕ ਤੇ ਤੂਰ ਤੱਕ ਦੀ ਟੀਮ ਨੋਟ ਕਰੋ ਜੀ ਟੈਂਕੀ ਵਾਲੀ ਸਾਈਡ ਆ ਤੇ ਦੂਜੇ ਪਾਸੇ ਟੀਮ ਹੈ ਪ੍ਰੀਤਮ ਨਗਰ ਮਸੀਤਾ ਦੀ ਉਹ ਟੀਮ ਹੈ ਪਿੰਡ ਵਾਲੀ ਸਾਈਡ ਪਹਿਲੀ ਕਬੱਡੀ ਮਸੀਤਾ ਵਾਲੇ ਨੌਜਵਾਨ ਨੇ ਪਾਈ ਹੈ ਤੇ ਫੰਡ ਜਿਹੜਾ ਆਪਣੀ ਟੀਮ ਲਈ ਜੋੜ ਦਿੱਤਾ ਪਾਵੀ ਨੌਜਵਾਨ ਦਾ ਤੂਰ ਚੱਕੀ ਆ ਅਗਲੀ ਕਬੱਡੀ ਕਦੇ ਗੱਲ ਹੁੰਦੀ ਸੀ ਸਵਰਨੇ ਪਹਿਲੀ ਦੀ ਕਿ ਮਸਤੀ ਹੈ ਨਹੀਂ ਬੰਗੂ ਪਹਿਲੀ ਰੇਡਾ ਪਾਉਂਦਾ ਸੀ ਸੱਚੀ ਕੰਨੀ ਹੋ ਕੇ ਪੱਪੂ ਧੌਲ ਜਮਾਉਂਦਾ ਸੀ ਤੇ ਲੋੜ ਪੈਣ ਤੇ ਗੋਪੀ ਵੱਲੋਂ ਫੋਟੋ ਕੱਢੀ ਦੀ ਪਹਿਲਕਣਬਾਜ਼ੀ ਹੁੰਦੀ ਦੋਸਤੋ ਖੇਡ ਕਬੱਡੀ ਦੀ ਲੈ ਭਾਈ ਹੀ ਕਬੱਡੀ ਆ ਜਗਸੀਰ ਸਿੰਘ ਮਹਿੜੇ ਵਾਲਾ ਤਸਵੀਰ ਐਨ ਸਰਤਾਰ ਦੇ ਵਿੱਚ ਬਿਸਲ ਮਾਰਦਾ ਹੈ ਕੋਈ ਪੈਣ ਜਿਹੜਾ ਇਹ ਜਾਫੀਆਂ ਦਾ ਤਾਂ ਵੀ ਨਾ ਜਾਂਦਾ ਅਗਲੀ ਕਬੱਡੀ ਚਾਰ ਜਾਫੀ ਤੇਰੀ ਉਡੀਕ ਕਰ ਰਹੇ ਆ ਤੇ ਕਰਕੇ ਯਾਦਪੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਉਂਦੇ ਰੇਡਰ ਦੀ ਇਹ ਬ੍ਰੇਕ ਜਿੱਥੇ ਰੇਡਾ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਆ ਨੰਗੇ ਪਿੰਡੇ ਚੰਕ ਦੇ ਸਾਰੀ ਦੁਨੀਆ ਰਹੀ ਹੈ ਦੇਖ ਮੈਂ ਚਾਹ ਫਿਰ ਉਹਨੇ ਜਿੱਤਣਾ ਜਿਹਦੇ ਜਿੱਤ ਰਹੀ ਵਿੱਚ ਦੇਖ ਜਿਹਦੇ ਜਿੱਤ ਰਹੀ ਵਿੱਚ ਦੇਖ ਲੈ ਭਾਈ ਹੋਈ ਕਬੱਡੀ ਆ ਐਨ ਹਲਕਾ ਜਿਹਾ ਝੁੱਕਿਆ ਚੌਂ ਜਾਫੀਆਂ ਦੇ ਉੱਪਰ ਧਾਵਾ ਜਿਹੜਾ ਬੋਲਿਆ ਹੋਇਆ ਅਗਲੇ ਮੈਚ ਲਈ ਬਾਬਾ ਗ੍ਰੈਂਡ ਦਾਸ ਕਲੱਬ ਮੀਨੀਆ ਤੇ ਮਟਵਾਣੀ ਦੀਆਂ ਟੀਮਾਂ ਆਪਣੀ ਤਿਆਰੀ ਰੱਖਣ ਮੋਬਾਈ ਹੋਈ ਕਬੱਡੀ ਹੈ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ ਇਹਦੇ ਵਿੱਚ ਹੀ ਬਸਦੀ ਲੋਕੋ ਜਾਨ ਪੰਜਾਬੀਆਂ ਦੀ ਇਕਬਾਲ ਮੱਟੋਕੇ ਵਾਲਾ ਰਾਜ ਪੱਤਰੀ ਵਾਲੇ ਦੇ ਸੱਦੇ ਤੇ ਕਹਿੰਦੇ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਆਪਣੀ ਸੇਵਾ ਦਿੱਤੀ ਹੈ ਫੈਸਲਾ ਕਰਦਾ ਵੀ ਪੈਣ ਜਿਹੜਾ ਤੇ ਰੇਡਰ ਦਾ ਲੋਕਲੀ ਭਾਈ ਹੋਈ ਕਬੱਡੀ ਹੈ ਕਬੱਡੀ 365.com ਵਾਲੇ ਵੀਰ ਵੀ ਕੈਮਰਾ ਲੈ ਕੇ ਗਰਾਊਂਡ ਦੇ ਵਿੱਚ ਆ ਗਏ ਆ ਲੈ ਭਾਈ ਹੋਈ ਕਬੱਡੀ ਉੱਖੜੇ ਹੋਏ ਪੈਰ ਮੇਰੇ ਵੀਰੋ ਸਾਂਭੀਓ ਨੌਜਵਾਨ ਦਾ ਪੈਣ ਜਿਹੜਾ ਇਹ ਕਾਫੀਆਂ ਦਾ ਪੈਣ ਕਾਫੀ ਦਾ ਲਵਪ੍ਰੀਤ ਮੱਲੋਕੇ ਵਾਲਾ ਜਿੱਥੇ ਆਵਾਜ਼ ਸੁਣ ਰਿਹਾ ਵੀਰ ਆਪਣੀ ਗੱਡੀ ਕੋਲ ਪੁੱਜ ਜਾਵੇ ਵੀਰ ਸਾਥੀ ਖਿਡਾਰੀ ਵੀ ਵੇਟ ਕਰ ਰਹੇ ਨੇ
इधर कबड्डी दर्शक वीरियो ग्राउंड दे विच है ते चूड़ चक दे पप्पू ने दुनिया भर दे विच गया गड्डे में जफे लाए ने ते सदा लई नाम बना गया चूड़ चक या पप्पू के जद होया फाइनल मैच दा जौहर दिखाए पप्पू ने फिर ढेरिया दे कुल आ रे डटाए पप्पू ने उधर नोट चने ने वारे करके चित करारा दा फिर बड़ा ही चेते आया लोको पुत बरारा दा फिर बड़ा ही चेते आया लोको पुत बरारा दा चूड़ चकिए पप्पू ने सदा अमर रहने वाले जफे लाए ने ते उना दी टीम दा तावी बहुत सोहना के जुड़ गया लै भी चोपड़ा पा के बद के कबड्डी इधर मसीता वाले की कबड्डी है ते अगलिया टीम अनाउंस कर दी तख्तपुरी आ बाबा नारायणदास क्लब मीडिया ते मटवाणी दा जेड़ा अगला मैच है दोनों टीमा अपनी तैयारी रखन ढाली चोपड़ा रंदा ते रांदा पठान बाबू दशमेश ते रसूल पर लो मैच समाप्त दा सीरिया केड़ी टीम जेती है प्रीतम नगर मसीता की टीम जेतू है वीर नोट कर लो प्रीतम नगर मसीता संत बाबा नारायणदास क्लब मीनिया ਇਹ ਟੀਮ ਹਰ ਮੈਚ ਤੋਂ ਬਾਅਦ ਗਰਾਊਂਡ ਖਾਲੀ ਰਹਿੰਦੀ ਹੈ ਪਤਾ ਨਹੀਂ ਕਿਉਂ ਨਹੀਂ ਵੀਰ ਮੀਨੀਆ ਵਾਲਿਓ ਇਕਬਾਲ ਸਿੰਘ ਜੀ ਮੰਦੋ ਕੇ ਸਮੇਂ ਦੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਨੇ ਤੇ ਬਜਨੀ ਕਬੱਡੀ ਦੇ ਵਿੱਚ ਇਦਾਂ ਦਾ ਕੋਈ ਪਿੰਡ ਨਹੀਂ ਹੋਣਾ ਜਿਹੜਾ ਜਿੱਤਿਆ ਨਹੀਂ ਹੋਣਾ ਜੇਕਰ ਆਪਾਂ ਇੱਕ ਅੱਧੀ ਟੀਮ ਕੱਟਾਂਗੇ ਨਾ ਇਹ ਤਾਂ ਹੀ ਡਿਸਪਲਿਨ ਬਣਨਾ ਜੀ ਇਹ ਚਾਹੁੰਦੇ ਨੇ ਵੀ ਇੱਕ ਅੱਧੀ ਟੀਮ ਆ ਉਹਨਾਂ ਨੂੰ ਫਤਿਹ ਬੁਲਾ ਦੇ ਬਾਬਾ ਨਾਰਾਇਣਦਾਸ ਮੀਨੀਆ ਸੰਤ ਬਾਬਾ ਨਾਰਾਇਣਦਾਸ ਕਲੱਬ ਮੀਨੀਆ ਤੇ ਮਟਵਾਣੀ ਕਿਹੜੀ ਟੀਮ ਆ ਵੀਰ ਮੀਨੀਆ ਆ ਜੋ ਜਲਦੀ ਆ ਮੈਚ ਤੋਂ ਬਾਅਦ ਇਕਬਾਲ ਸਿੰਘ ਦੀ ਮਦਦ ਕੇ ਨੋਟ ਕਰ ਲਿਓ ਵੀ ਜਿਹੜੀ ਟੀਮ ਚੱਲਦੇ ਮੈਚ ਦੇ ਲਾਗੇ ਚੱਲਦੇ ਮੈਚ ਦੇ ਵਿੱਚ ਵੇਟਿੰਗ ਬਾਕਸ ਵਿੱਚ ਪੁੱਜੇਗੀ ਉਹ ਟੀਮ ਆਪਾਂ ਖਿਡਾਉਣੀ ਆ ਜੇਕਰ ਟੀਮ ਨਹੀਂ ਪੁੱਜੂ ਤੇ ਸਕਰੈਚ ਹੀ ਹੋਣੀ ਆ ਵੀਰ ਇਹ ਆਪਾਂ ਅਨਾਉਂਸ ਕਰ ਦਿੱਤਾ ਤੇ ਆਵਾਜ਼ ਮੇਰੇ ਖਿਆਲ ਦੇ ਨਾਲ ਦੂਜੇ ਪਿੰਡ ਤੱਕ ਪੁੱਜਦੀ ਹੋਣੀ ਹੈ ਕੋਈ ਕਬੱਡੀ ਦਾ ਖਿਡਾਰੀ ਇਹ ਵੀ ਰੀਜ਼ਨ ਲੈ ਕੇ ਨਾ ਆਵੇ ਵੀ ਸਾਨੂੰ ਆਵਾਜ਼ ਨਹੀਂ ਸੁਣਦੀ ਅਸੀਂ ਅਨਾਉਂਸ ਕਰ ਦਿੱਤਾ ਹੈ ਤੇ ਮੀਨੀਆਂ ਦੀ ਟੀਮ ਆ ਗਈ ਹੈ ਮਟਵਾਣੀ ਦੀ ਟੀਮ ਕਿੱਥੇ ਆ ਹੁਣ ਇਹ ਟੀਮ ਕੱਟ ਦਿਓ ਜੀ ਮਟਵਾਣੀ ਦੀ ਟੀਮ ਕੱਟ ਦਿਓ ਨਾਰਾਇਣਦਾਸ ਕਲੱਬ ਮੀਨੀਆਂ ਜੇਤੂ ਕਰ ਦਿਓ ਮਟਵਾਣੀ ਦੀ ਟੀਮ ਸਕਰੈਚ ਕਰ ਦਿੱਤੀ ਗਈ ਹੈ ਇਹ ਟੀਮ ਗਰਾਊਂਡ ਦੇ ਵਿੱਚ ਨਾ ਆਵੇ ਹੁਣ ਚੋਪਾ ਰੰਨਾ ਤੇ ਰੌਂਦਾ ਚੋਪਾ ਰੰਨਾ ਤੇ ਰੌਂਦੇ ਦੀਆਂ ਟੀਮਾਂ ਵੇਟਿੰਗ ਬਾਕਸ ਦੇ ਵਿੱਚ ਆ ਜਾਣ ਟਾਈਮ ਦੇਖ ਵੀਰ ਟਾਈਮ ਇੱਕ ਵਾਰ ਘੜੀ ਤੇ ਟਾਈਮ ਦੇਖੀ ਚੋਪਾ ਰੰਨਾ ਤੇ ਰੌਂਦਾ ਪਠਾਨ ਬੱਬ ਤੇ ਰਸੂਲ ਪਰ ਇਹਨਾਂ ਦਾ ਬੱਬ ਦਸ਼ਮੇਸ਼ ਤੇ ਰਸੂਲ ਪਰ ਇੱਕ ਕੌਡੀ ਤੂੰ ਵੀ ਖੇਡਦਾ ਤੇ ਕੌਡੀ ਇਹ ਵੀ ਖੇਡਦੇ ਨੇ ਤੇ ਜਿੰਨੇ ਬਜ਼ੁਰਗ ਕਬੱਡੀ ਨੂੰ ਪਿਆਰ ਕਰਨ ਵਾਲੇ ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਤੇਰੇ ਕੱਲੇ ਦੇ ਸਿਸਟਮ ਨਾਲ ਗਰਾਊਂਡ ਦੇ ਵਿੱਚ ਸਿਸਟਮ ਨਹੀਂ ਚੱਲਣਾ ਚੋਪਾ ਰੰਨਾ ਤੇ ਰੌਂਦਾ ਦੋਨੋਂ ਟੀਮਾਂ ਵੇਟਿੰਗ ਬਾਕਸ ਦੇ ਵਿੱਚ ਆਉਣ ਚੋਪਾ ਰੰਨਾ ਤੇ ਰੌਂਦਾ ਨਾਲ ਹੀ ਸਾਰੀਆਂ ਟੀਮਾਂ ਨੋਟ ਕਰ ਲੈਣ ਕਿਸੇ ਟੀਮ ਦੀ ਕੋਈ ਉਡੀਕ ਨਹੀਂ ਨਾ ਕੋਈ ਟੀਮ ਮੈਚ ਲੇਟ ਕਰਵਾਉਣ ਵਾਲੀ ਸਾਰੀਆਂ ਟੀਮਾਂ ਧਿਆਨ ਦੇ ਨਾਲ ਨੋਟ ਕਰ ਲਓ ਜਿਹੜੇ ਕਿਸੇ ਟੀਮ ਦੀ ਕੋਈ ਉਡੀਕ ਨਹੀਂ ਚੱਲਦੇ ਮੈਚ ਦਾ ਸਮਾਂ ਜੇਕਰ ਟੀਮ ਆ ਗਈ ਤਾਂ ਖੇਡੂ ਨਹੀਂ ਤਾਂ ਟੀਮ ਕੱਟੀ ਜਾਵੇਗੀ ਇਹ ਸਾਡੇ ਪ੍ਰਬੰਧਕ ਵੀ ਰਾਜ ਰਹੇ ਆ ਬਾਰ ਬਾਰ ਅਸੀਂ ਬੇਨਤੀਆਂ ਕਰਦੇ ਆ ਭਰਾਵੋ ਸਾਡਾ ਤਾਂ ਕਾਲ ਟੀਮਾਂ ਬੋਲਣ ਲਈ ਬਹਿ ਜਾਂਦਾ ਕਮੇਟੀ ਅਸੀਂ ਕੀ ਕਰਨੀਆਂ ਆ ਜਾ ਕਰੋ ਯਾਰ ਭਾਈ ਛੇਤੀ ਟੀਮ ਆਵੇ ਚੋਪਾ ਰੰਨਾ ਤੇ ਰੌਂਦਾ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਤਿਆਰ ਰਹਿਣ ਚੋਪਾ ਰੰਨਾ ਤੇ ਰੌਂਦੇ ਦੀਆਂ ਟੀਮਾਂ ਬੇਟਿੰਗ ਬਾਕਸ ਦੇ ਵਿੱਚ ਪੁੱਜਣ ਹੱਥ ਜੋੜ ਕੇ ਬੇਨਤੀ ਇਹਨਾਂ ਕਬੱਡੀ ਦੇ ਖਿਡਾਰੀਆਂ ਨੂੰ ਜੋਗਾ ਰੰਨਾ ਤੇ ਰੌਂਦਾ ਦਸ਼ਮੇਸ਼ ਕਲੱਬ ਤਖਾਨਵਾਦ ਵਾਸੀ ਰਸੂਲਪੁਰ ਇਹ ਟੀਮਾਂ ਆ ਜਾਣ ਇਹ ਸਾਰੀਆਂ ਟੀਮਾਂ ਬੇਟਿੰਗ ਬਾਕਸ ਦੇ ਵਿੱਚ ਪੁੱਜਣ ਬਖਤਗੜ੍ਹ ਵਰਸੀ ਚੱਕ ਭਾਈ ਤਾਥੂਪੁਰਾ ਵਰਸੀ ਮਟਵਾਣੀ ਤਖਾਨਵਾਦ ਵਰਸੀ ਡਾਲਾ ਇਹ ਲਾਸਟ ਮੈਚ ਹੋਊਗਾ ਇਸ ਰਾਊਂਡ ਦਾ ਤੇ ਜਿੰਨੀਆਂ ਟੀਮਾਂ ਅਨਾਉਂਸ ਕਰ ਦਿੱਤੀਆਂ ਸਕੈਡਿਊਲ ਅਨੁਸਾਰ ਆਪਣੀ ਲਿਸਟ ਅਨੁਸਾਰ ਸਮੇਂ ਅਨੁਸਾਰ ਵੇਟਿੰਗ ਬਾਕਸ ਦੇ ਵਿੱਚ ਪਹੁੰਚਣ ਹੈ ਜੋਗਾ ਰੰਨਾ ਤੇ ਰੌਂਦੇ ਦੀਆਂ ਟੀਮਾਂ ਵੇਟਿੰਗ ਬਾਕਸ ਦੇ ਵਿੱਚ ਆ ਜਾਣ ਲੈ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਮੀਡੀਆ ਦੀ ਟੀਮ ਹੱਥ ਚੁੱਕੇ ਜੀ ਕਿਹੜੀ ਸਾਈਡ ਹੈ ਮੀਡੀਆ ਦੀ ਟੀਮ ਦਰਸ਼ਕ ਵੀਰਿਓ ਮੀਨੀਆ ਦੀ ਟੀਮ ਸਟੇਜ ਦੇ ਖੱਬੇ ਹੱਥ ਚਲੇ ਗਈ ਹੈ ਤੇ ਟੈਂਕੀ ਵਾਲੀ ਸਾਈਡ ਸਟੇਜ ਦੇ ਸੱਜੇ ਹੱਥ ਜੋ ਟੀਮ ਹੈ ਉਹ ਪਿੰਡ ਮਟਵਾਣੀ ਮਟਵਾਣੀ ਦੀ ਟੀਮ ਹੈ ਮੀਨੀਆ ਪਿੰਡ ਦੇ ਪੀਤੂ ਦਾ ਬਹੁਤ ਵੱਡਾ ਨਾਮ ਹੈ ਖੇਡ ਜਗਤ ਦੇ ਵਿੱਚ ਤੇ ਬਹੁਤ
ਨਿਮਰਤਾ ਵਾਲਾ ਕਬੱਡੀ ਦਾ ਖਿਡਾਰੀ ਹੈ ਤੇ ਉਹਨਾਂ ਦੇ ਪਿੰਡ ਦੇ ਧਾਵੀ ਨੇ ਅੱਗੇ ਵੱਧ ਕੇ ਕਬੱਡੀ ਪਾਈ ਹੈ ਤੇ ਉਧਰ ਚਾਰ ਜਾਸੀ ਨੇ ਪਤਲਾ ਪਤੰਗ ਜਿਹਾ ਸਰੀਰ ਹੈ ਇਸ ਮੁੰਡੇ ਦਾ ਅੱਗੇ ਵੱਧ ਚੜ ਕੇ ਤਰਾਈ ਤੇ ਕਰ ਰਿਹਾ ਪਰ ਅਫੀਸ਼ੀਅਲ ਦਾ ਫੈਸਲਾ ਹੋ ਗਿਆ ਵੀ ਪੁਆਇੰਟ ਜੋ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਪੁਆਇੰਟ ਜੋ ਰੇਡਰ ਦਾ ਦਸ਼ਕ ਵੀ ਰਿਹਾ ਚੱਲ ਵੀ ਮਠਵਾਣੀ ਵਾਲਿਆ ਪਾ ਅੱਗੇ ਵੱਧ ਕੇ ਕਬੱਡੀ ਕਿ ਕਹਿਣੇ ਸੌਖੇ ਬੋਲ ਪਗਾਉਣੇ ਔਖੇ ਨੇ ਵੱਢਣੇ ਔਖੇ ਫੁੱਲ ਬੂਟੇ ਲਾਉਣੇ ਔਖੇ ਨੇ ਗੱਲਾਂ ਬਾਤਾਂ ਵਾਲੇ ਯਾਰ ਬਥੇਰੇ ਮਿਲਦੇ ਨੇ ਮੋਹ ਮਿਸ਼ਰੀ ਵਰਗੇ ਪਰ ਕੌੜੇ ਦਿਲ ਦੇ ਨੇ ਕੌਣ ਕਿਸੇ ਦਾ ਬਣਦਾ ਰੱਖਦੇ ਯਾਰੀ ਮਤਲਬ ਦੀ ਗਰਜਾ ਤੱਕ ਲਿਹਾਜ਼ਾ ਰਿਸ਼ਤੇਦਾਰੀ ਮਤਲਬ ਦੀ ਜੋਧੇ ਜਦੋਂ ਮੁਸੀਬਤ ਦੇ ਵਿੱਚ ਬੰਦਾ ਆਉਂਦਾ ਏ ਲਹਿੰਗੇ ਆਣੀਆਂ ਨਾਲ ਉਦੋਂ ਕੋਈ ਵਿਰਲਾ ਖੜਦਾ ਏ ਮਰਿਆ ਪਿੱਛੋਂ ਰਹਿ ਜਾਂਦੇ ਨੇ ਚਰਚੇ ਪਿਆਰ ਦੇ ਵੀ ਯਾਰ ਹੋਣ ਭਾਵੇਂ ਥੋੜੇ ਪਰ ਹੁਣ ਜਾਨਾਂ ਵਾਰਦੇ ਵੀ ਯਾਰ ਹੋਣ ਭਾਵੇਂ ਥੋੜੇ ਪਰ ਹੁਣ ਜਾਨਾਂ ਵਾਰਦੇ ਜਿੰਨੇ ਵੀ ਯਾਰਾਂ ਨੇ ਅੱਜ ਯਾਰੀਆਂ ਪਗਾਈਆਂ ਖੇਡ ਮੇਲੇ ਦੇ ਉੱਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਰੇ ਯਾਰਾਂ ਨੂੰ ਸਲਾਮ ਕਰਦੇ ਆ ਫਤਿਹ ਬੁਲਾਉਂਦੇ ਆ ਤੇ ਖੇਡ ਜਗਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ ਜਿਨ੍ਹਾਂ ਵੀ ਵੀਰਾਂ ਨੇ ਸਹਿਯੋਗ ਦਿੱਤਾ ਵਾ ਖੇਡ ਕਬੱਡੀ ਦੇ ਮੇਲੇ ਉੱਤੇ ਫਿਰ ਕਬੱਡੀ ਇਸ ਸਮੇਂ ਮਠਵਾਣੀ ਵਾਲੇ ਨੇ ਪਾਉਣੀ ਹੈ ਲੈ ਵੀ ਤਖ਼ਤ ਪੂਰੀ ਕਰ ਇਸ ਮੁੰਡੇ ਦੀ ਗੱਲ ਮਠਵਾਣੀ ਵਾਲਾ ਸਮੁੰਦਰ ਕਹਿੰਦੇ 70-75 ਕਿੱਲੇ ਭਾਰ ਦੂਜੇ ਪਾਸੇ ਬੀਬੀਆਂ ਵਾਲਾ ਕਹਿੰਦੇ 3 ਖਿਡਾਰੀਆਂ ਨੂੰ 2 ਮੋਟਰਸਾਈਕਲ ਮਿਲੇ ਹੈ ਗੱਲ ਭਾਵੇਂ ਪੀਪੇ ਦੀ ਹੈ ਗੱਲ ਮੇਰੇ ਵੀਰੇ ਲੱਖੇ ਬੀਬੀਆਂ ਵਾਲੇ ਦੀ ਤੇ ਗੱਲ ਕਰੀਏ ਜੇ ਰਣਜੀਤ ਦੀ ਮੋਟਰ ਦਾ ਪਿੰਡੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਜਾਫੀ ਹੈ ਮਟਵਾਣੀ ਦੀ ਧਰਤੀ ਦੇ ਸੱਚੀ ਕੰਨੀ ਵਾਲੇ ਜਾਫੀ ਨਾਲ ਹਲਕਾ ਜਿਹਾ ਟੱਚ ਕੀਤਾ ਤੇ ਪੁਆਇੰਟ ਜਿਹੜਾ ਬੀਬੀਆਂ ਦੀ ਟੀਮ ਦਾ ਪੁਆਇੰਟ ਜਿਹੜਾ ਬੀਬੀਆਂ ਦੀ ਟੀਮ ਦਾ ਅਗਲੇ ਮੈਚ ਲਈ ਜੋਗਾ ਰੱਲਾ ਤੇ ਰੌਂਦੇ ਦੀਆਂ ਟੀਮਾਂ ਆਪਣੀ ਤਿਆਰੀ ਰੱਖਣ ਜੋਗਾ ਰੱਲਾ ਤੇ ਰੌਂਦਾ ਜੋਗੇ ਰੱਲੇ ਦੀ ਟੀਮ ਜੇਕਰ ਆ ਗਈ ਹੈ ਤਾਂ ਹੱਥ ਖੜਾ ਕਰੇ ਵੀਰ ਕਿਹੜੀ ਟੀਮ ਆਈ ਹੈ ਰੌਂਦਾ ਦੀ ਟੀਮ ਹੈ ਰੌਂਦਾ ਵੀ ਠੀਕ ਹੈ ਜੀ ਧੰਨਵਾਦ ਹੈ ਜਿਹੜੀ ਟੀਮ ਪੁੱਜ ਗਈ ਹੈ ਤੇ ਜੋਗੇ ਰੱਲੇ ਦੀ ਟੀਮ ਨੂੰ ਬੇਨਤੀ ਹੈ ਵੀਰ ਉਹ ਟੀਮ ਆ ਜ਼ਰੂਰ ਆ ਕੇ ਨੋਟਿਸ ਕਰਵਾ ਦੇਣ ਤਖਾਨਵਾਦ ਦਸ਼ਮੇਸ਼ ਵਰਸੀ ਰਸੂਲਪੁਰ ਇਹ ਵੀ ਟੀਮਾਂ ਆ ਜਾਣ ਤਖਾਨਵਾਦ ਦਸ਼ਮੇਸ਼ ਵਰਸੀ ਰਸੂਲਪੁਰ ਜੋਗਾ ਰੱਲਾ ਵਰਸੀ ਰੌਂਤੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਐਂਟਰ ਕਰ ਜਾਣ ਇਹ ਚੱਲਦੇ ਮੈਚ ਦੇ ਵਿੱਚੋਂ ਮੀਨੀਆਂ ਦੀ ਟੀਮ ਜੇਤੂ ਰਹੀ ਹੈ ਵੀਰ ਨੋਟ ਕਰ ਲਿਓ ਮੀਨੀਆਂ ਦੀ ਟੀਮ ਇਹ ਚੱਲਦੇ ਮੈਚ ਦੀ ਵਿਨਰ ਟੀਮ ਰਹੀ ਹੈ ਜੋਗਾ ਰੱਲਾ ਵਰਸੀ ਰੌਂਤਾ ਸੈਂਟਰ ਲੈਣ ਤੇ ਉਹ ਨਾਲ ਹੀ ਤਖਾਨਵਾਦ ਤੇ ਰਸੂਲਪੁਰ ਦਸ਼ਮੇਸ਼ ਕਲੱਬ ਪਠਾਨਵਾਦ ਦੇ ਰਸੂਲਪੁਰ ਦਰਤਗੜ੍ਹ ਦੇ ਚੱਕ ਭਾਈ ਤਖਤੂਪੁਰਾ ਦੇ ਮਟਵਾਣੀ ਪਠਾਨਵਾਦ ਦੇ ਡਾਲਾ ਇਹ ਜਿਹੜੇ ਮੈਚ ਆ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਭਰਾਵੋ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡਦੇ ਮੈਦਾਨਾਂ ਵੱਲ ਵਧੋ ਜੋਗਾ ਰੱਲਾ ਟੀਮ ਆਵੇ ਰੌਂਦੇ ਦੀ ਟੀਮ ਜਿਹੜੀ ਪਹੁੰਚੀ ਹੋਈ ਹੈ ਜੋਗਾ ਰੱਲਾ ਦਸ਼ਮੇਸ਼ ਕਲੱਬ ਪਠਾਨਵਾਦ ਦੇ ਰਸੂਲਪੁਰ ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ ਹੈਲੋ ਜੋਗਾ ਰੱਲਾ ਬਰਸਈ ਰੌਂਦਾ ਇਹ ਦੋਨੋਂ ਟੀਮਾਂ